ਰੁਕਿਆ ਸੀ ਨਾ ਅਮਨ ਮੇਰੇ ਸਾਹਮਣੇ ਨਹੀਂ ਆਉਣਾ ਪਰ ਲੱਗਦਾ ਤੈਨੂੰ ਮੇਰੀ ਗੱਲ ਸਮਝ ਵਿੱਚ ਨਹੀਂ ਆਈ ਇਹ ਮਾਂ ਜਿਸ ਦਾ ਤੁਸੀਂ ਦਿਲ ਤੋੜਿਆ ਸ਼ਾਇਦ ਤੁਹਾਨੂੰ ਮਾਫ਼ ਕਰ ਦੇ ਲੇਕਿਨ ਰੱਬ ਦੀ ਅਦਾਲਤ ਤੁਹਾਨੂੰ ਮਾਫ਼ ਕਦੇ ਨਹੀਂ ਕਰੇਗੀ ਮੈਂ ਸਾਰੀ ਹਯਾਤੀ ਇਹਦੇ ਤੋਂ ਕਦੇ ਕੁਝ ਨਹੀਂ ਮੰਗਿਆ ਲੇਕਿਨ ਅੱਜ ਇਸ ਮਾਰੇ ਮੇਰੇ ਤੋਂ ਰੁਕੇ ਕਿਆ ਯਾਦਾ ਤੈਨੂੰ ਵਾਸਤਾ ਹੈ ਸਾਡੀ ਕਮਲੀ ਯਾਦੇ ਦਾ ਤੈਨੂੰ ਵਾਸਤਾ ਹੈ ਕਰਬਲਾ ਦੇ ਸ਼ਹੀਦ ਯਾਦਾ ਅੱਜ ਮੈਂ ਤੇਰੇ ਕੋਲੋਂ ਕੁਝ ਮੰਗਾਂਗਾ ਵੈਰੀ ਸਿੰਪਲ ਡਾਕਟਰ ਸਾਹਿਬ ਮੈਂ ਹੁਣੇ ਤੁਹਾਨੂੰ ਕਰਕੇ ਉਹ ਖਾ ਦਿੰਦਾ ਆਪਾ ਜੀ ਇਹ ਉਸੇ ਤਰ੍ਹਾਂ ਮੇਰਾ ਪੱਖੇ ਤੇ ਹੱਥ ਰੱਖੋ ਹਾਂਜੀ ਤੁਹਾਡਾ ਕੀ ਖਿਆਲ ਇਸ ਤੋਂ ਹੋਰ ਅੱਛਾ ਕੰਮ ਕਿਹੜਾ ਹੋ ਸਕਦਾ ਨਾਲੇ ਤੇ ਮੇਰੀ ਭੈਣ ਦਾ ਦਿਲ ਭੁੱਲਿਆ ਰਹੇਗਾ ਤੇ ਨਾਲੇ ਵਕਤ ਗੁਜ਼ਰ ਜਾਏਗਾ ਮੈਂ ਡਾਕਟਰ ਖਾਨ ਕੋਲ ਗਿਆ ਸੀ ਉਹਨੇ ਕਿਹਾ ਕਿ ਰਿਪੋਰਟਾਂ ਆ ਗਈਆਂ ਔਰ ਤੁਹਾਡੇ ਪੁੱਤਰ ਅਹਿਮਦ ਦੇ ਦਿਲ ਚਾਹ ਸਕੂਨ ਮਿਲੇਗਾ ਇਹ ਸਾਰੀਆਂ ਗੱਲਾਂ ਸੱਚ ਨੇ ਜਾਂ ਅੱਜ ਵੀ ਤੇਰੇ ਬੋਰੇ ਚ ਬਹੁਤ ਲਾਈਟਾਂ ਰੱਖ ਕੇ ਉਹ ਤੇਰੇ ਤੇ ਜ਼ੁਲਮ ਕਰਦੇ ਨੇ ਨਾਮ ਦੇ ਵਿੱਚ ਤੇ ਖਾਲਾ ਜੀ ਮਿਲੇ ਸਨ ਅਮਨ ਤੈਨੂੰ ਸ਼ਰਮ ਆਣੀ ਚਾਹੀਦੀ ਯਾਰ ਤੂੰ ਮਾਂ ਨੂੰ ਛੱਡ ਕੇ ਜਾਣ ਦਾ ਫੈਸਲਾ ਕਰ ਲਿਆ ਉਹ ਵੀ ਸਹੁਰੇ ਔਰ ਸਾਹਿਬ ਜੀ ਡਾਕਿਆ ਰੁਕਾ ਜਾ ਦੇ ਕੇ ਗਿਆ ਸੀ ਚੱਲ ਠੀਕ ਹੈ ਮੈਂ ਦੇਰ ਲਾਉਂਗਾ ਠੀਕ ਹੈ ਅੰਜਨ ਅੰਜਨ ਕਿਹਨੇ ਕਿਹਾ ਦੇਖੋ ਸ਼ਰੇ ਸ਼ਰੇ